ਤੂੰ ਇਹਨਾਂ ਦੇ ਬਲੌਗ ਤੇ ਸਵੇਰ ਤੇ ਵੱਜ ਗਏ ਨੇ ਪੌਣੇ ਪੌਣੇ 10:30 ਹੋ ਗਏ ਚੱਲੇ ਆ ਧੂਰੀ ਨੂੰ ਮੋਟਰਾਂ ਸਟਾਰਟ ਆ ਚੱਲੇ ਆ ਧੂਰੀ ਨੂੰ ਧੂਰੀ ਚੱਲੇ ਆ ਧਰਨੇ ਦੇ ਆਪਾਂ ਜਿਹੜਾ ਲੱਗਿਆ ਹੋਇਆ ਨਹਿਰੀ ਪਾਣੀਆਂ ਵਾਲਾ ਤੇ ਅੱਜ ਆਪਣੀ ਵਾਰੀ ਸੀਗੀ ਮੈਂ ਜਾਇਆ ਨੇ ਚਲੋ ਅੱਜ ਆਪਾਂ ਛੁੱਟੀ ਵੀ ਕਰ ਲਈ ਸੀ ਇੱਥੇ ਕਲਾਸ ਤੋਂ ਪੀਰ ਗਿਆ ਦੁੱਧ ਚੱਕਣ ਧਰਨੇ ਦੁੱਧ ਲਗਾਉਣ ਵਾਲਾ ਮੈਂ ਚਲੋ ਦੁੱਧ ਚੱਕੇ ਮੁੰਡਾ ਧਰਨੇ ਵਾਸਤੇ ਆ ਵਿਹਲੇ ਦੋ ਹੀ ਖੜੇ ਨੇ ਧਰਨੇ ਚੱਲੇ ਜੀ ਉਹਦੇ ਧਰਨੇ ਚੱਲੇ ਉਹਰੇ ਧਰਨੇ ਪਏ ਸੀ ਪ੍ਰਧਾਨ ਉਹਰੇ ਪ੍ਰਧਾਨ ਨਾ ਜਾ ਕੇ ਆਇਆ ਉਹ ਫੋਟੋ ਪਾ ਦਿੰਦੇ ਚੱਕ ਕੇ एक्सट्रीम ऑफ रोडिंग चल रही है यहाँ पे रेलवे पटरी के तरफ ट्रेन आ रही है पीछे फुल एक्सट्रीम लेवल से चलती है ऑफ रोडिंग क्योंकि उधर फाटक लगे जी नंगे खासा दूर हूँ उधर पुल थलो लंघ जाएंगे जमा थोड़ा रास्ता ਆਇਆ ਇੰਨੀ ਹੌਲੀ ਕਿਆ ਆਫ ਰੋਡਿੰਗ ਹੋ ਰਹੀ ਆ ਇੱਕ ਤਰਫ ਟ੍ਰੇਨ ਜਾ ਰਹੀ ਆ ਇਹ ਕਾਰਾਂ ਵਾਲੀ ਆ ਕਾਰ ਲੱਭੀਆਂ ਹੋਈਆਂ ਨੇ ਕਾਰਾਂ ਕਾਰ ਕੈਰੀਅਰ ਟ੍ਰੇਨ ਲੰਘ ਗਈ ਉਹ ਟ੍ਰੇਨ ਜਾਂਦੀ ਆ ਅਸੀਂ ਹੋ ਗਏ ਅੰਡਰਗਰਾਊਂਡ ਐਕਸਟ੍ਰੀਮ ਲੈਵਲ ਦੀ ਆਫ ਰੋਡਿੰਗ ਹੋ ਗਈ ਕਿਆ ਇਤਨੀ ਚੁੱਲ ਮੱਛਰ ਰਹੀ ਹੈ ਇਸਕੋ ਲਓ ਜੀ ਮੇਰੇ ਕੋਲ ਨਹੀਂ ਸੜਕਾਂ ਤੋਂ ਨਿਕਲ ਗਿਆ ਵਪਾਰ ਚੱਲਣਾ ਬਸ ਆਉਣੇ ਤੋਂ ਬਾਅਦ ਧੂਰੀ ਵਾਲੀ ਰੋਡ ਫੜਨੀ ਆ ਜਾ ਕੇ ਲਓ ਜੀ ਵੇ ਟੂ ਧੂਰੀ ਰੋਡ ਚੱਲਿਆ ਬਸ ਹੁਣ ਅਤੇ ਰਾਹ ਚ ਮਿਲਾਂਗੇ ਬੱਬਣਪੁਰ ਵਾਲੀ ਨਹਿਰ ਜਾਮੇ ਵਾਲੇ ਆ ਗਏ ਇਹਨਾਂ ਦਾ ਏਜੰਸੀ ਤੋਂ ਕਰਾਉਣਾ ਵੀ ਆਪਾਂ ਸਰਵਿਸ ਵੀ ਕਰਾਉਣੀ ਆ ਆ ਇੱਥੋਂ ਬੰਦ ਕਰਕੇ ਆਹ ਦੁਕਾਨਾਂ 'ਚ ਆ ਗਏ ਬਾਕੀ ਚੱਲਦੇ ਹਾਂ ਉਹ ਜੀ ਬੱਬਣਪੁਰ ਵਾਲੀ ਨਹਿਰ ਕਰਾਸ ਕਰ ਗਏ ਆਪਾਂ ਚੋਰੀ ਤੋਂ ਬਸ ਰਹਿ ਗਿਆ 5-7 ਕਿਲੋਮੀਟਰ ਰਜੇੜੀ ਆਲੇ ਆ ਭਗਵੰਤ ਮਾਨ ਦਾ ਧੂਰੀ ਦੇਖ ਲਓ ਹਾਲਾਤ ਧੂਰੀ ਦੇ ਕਰਦੀ ਗਰਦ ਵੀ ਪਈ ਆ ਸਮਰੂਰ ਰਹਿ ਗਏ 16 ਕਿਲੋਮੀਟਰ ਆਪਾਂ 31 ਧੂਰੀ 00
ਧੂਰੀ ਮਿਲ ਸ਼ੂਗਰ ਮਿਲ ਵਾਲੀ ਲੋ ਜੀ ਬਾਬੇ ਦਾ ਮੁੜ ਕੇ ਧਰਨੇ ਨੂੰ ਇੱਧਰ ਹੀ ਲੱਗਾ ਧਰਨਾ ਸੀਐਮ ਆਫਿਸ ਹੈ ਨਾ ਇੱਧਰ ਸੀਐਮ ਆਫਿਸ ਕਹਿੰਦੇ ਲੱਗਿਆ ਪੱਕਾ ਮੋਰਚਾ ਪੱਕਾ ਮੋਰਚੇ ਵਾਲੇ ਨੇ ਇਹ ਪੱਕੇ ਮੋਰਚੇ ਵਾਲੇ ਝੂਟੇ ਸਟੇਜ ਗਾਹ ਜਾ ਕੇ ਉਰੀ ਰਹਿੰਦੇ ਨੇ ਬਾਬੇ ਉਰੀ ਰਹਿੰਦੇ ਨੇ ਪੱਕਾ ਮੋਰਚਾ ਲੱਗਿਆ ਨਾ ਉਰੀ ਰਹਿੰਦੇ ਨੇ ਅੰਦਰ ਗੱਦੇ ਗੁੱਦੇ ਪਏ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨਗੀ ਪਿੰਡਾਂ ਦੇ ਆਗੂ ਸਾਹਿਬਾਨ ਕਿਸਾਨ ਤੇ ਮਜ਼ਦੂਰ ਬਾਬੇ ਆ ਰਹੇ ਨੇ ਜਿਹੜਾ ਵੀ ਕੋਈ ਲੀਡਰ ਚਾਹੇ ਪਿੰਡ ਦਾ ਬੰਦਾ ਚਾਹੇ ਬਲਾਕ ਲੈਵਲ ਦਾ ਹੈ ਚਾਹੇ ਉਹ ਜ਼ਿਲ੍ਹਾ ਲੈਵਲ ਦਾ ਹੈ ਜਿਹੜਾ ਉਹ ਆਪਣੀ ਸ਼ੇਰਪੁਰ ਦੇ ਵਿੱਚ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਉਹ ਸਟੇਜ ਤੇ ਆ ਕੇ ਪ੍ਰਧਾਨਗੀ ਮੰਡਲ ਦੇ ਵਿੱਚ ਸ਼ਾਮਲ ਹੋਣ ਉਹਨਾਂ ਦਾ ਸਟੇਜ ਵੱਲੋਂ ਸਵਾਗਤ ਕੀਤਾ ਜਾਂਦਾ ਆਪਾਂ ਸਾਰੇ ਮੰਡਿਆਂ ਦੇ ਬੈਠੇ ਹਾਂ ਉਹਨਾਂ ਨੇ ਚੱਕ ਚੱਕੇ ਥੋੜਾ ਜਿਹਾ ਗੱਲਾਂ ਗੱਲਾਂ ਕੀ ਰਹਿ ਗਿਆ ਉਹਦੀ ਵੀ ਮੈਂ ਇਹਦੇ ਤੇ ਧਿਆਨ ਦੇਵਾਂਗੀ ਇਹਨੂੰ ਮੈਂ ਪੁਰਾਣੀ ਜਿਹੜੀ ਹੈ ਇਹ ਪ੍ਰਪੋਜ਼ਲ ਬਣੀ ਹੋਈ ਨੇ ਤੇ ਧਿਆਨ ਦੇ ਕੇ ਇਹਨੂੰ ਅਮਲੀ ਜਾਮਾ ਪੈਣਾ ਸਾਡੇ ਦਰਮਿਆਨ ਪਹੁੰਚੇ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਸਰਦਾਰ ਸਰਬਜੀਤ ਸਿੰਘ ਜੀ ਲਾਲ ਉਹ ਵੀ ਅੱਜ ਦੇ ਪ੍ਰਧਾਨਗੀ ਮੰਡਲ ਦੇ ਵਿੱਚ ਸ਼ਾਮਲ ਹੁੰਦੇ ਨੇ ਉਹਨਾਂ ਨੂੰ ਵੀ ਜੀ ਆਇਆਂ ਆਖਿਆ ਜਾਂਦਾ ਹੈ ਅੱਜ ਸੈਕਟਰੀ ਸਾਹਿਬ ਨੇ ਟਾਈਮ ਵੀ ਮੈਨੂੰ ਘੱਟ ਦਿੱਤਾ ਟਾਈਮ ਮੈਨੂੰ ਤਾਂ ਦੂਜਾ ਸੈਕਟਰੀ ਵਧੀਆ 5 ਮਿੰਟ ਦੇ ਦਿੰਦਾ ਇਹਨੇ ਮੈਨੂੰ 2 ਮਿੰਟ ਤੇ ਅਗਲੀ ਗੱਲ ਭਰਾਵੋ ਸਮਾਂ ਥੋੜੇਗਾ ਗੱਲ ਇਹ ਹੈ ਭਰਾਵੋ ਚਿੱਤਾਂ ਵਾਲੇ ਮੀਟਰ ਨੂੰ ਲੈ ਕੇ 1 ਮਿੰਟ ਤੋਂ ਪਹਿਲਾਂ ਬੁਲਾਰੇ ਨੇ ਗੱਲ ਸਾਂਝੀ ਕਰੀ ਸੀਗੀ ਵੀ ਉਹ 7-10 ਸਾਲ ਲੋੜ ਵਧਾਈ ਜਾਂਦੇ ਨੇ ਉਹ ਲੋੜ ਭਰਾਵੋ ਆਪਾਂ ਤੋਂ ਕਿਉਂ ਵਧਾਉਂਦੇ ਨੇ ਗੇ ਆਪਾਂ ਨੂੰ ਕਹਿ ਰਹੇ ਹੋ ਵੀ ਅਸੀਂ ਪਾਣੀ ਹਰੇਕ ਦੇਲ ਤੱਕ ਦੇਵਾਂਗੇ ਫਿਰ ਇਹਨਾਂ ਨੂੰ ਸੁਣ ਕੇ ਵਿਸ਼ਵਾਸ ਦੇ ਕੇ ਜਿਹੜੀ ਚੀਜ਼ ਦਾ ਵਿਸ਼ਵਾਸ ਹੈ ਕ੍ਰਿਸ਼ਨ ਕੁਮਾਰ ਪਹਿਲਾਂ ਸਿੱਖਿਆ ਚ 77 ਰਹੇ ਨੇ ਹੁਣ ਇੱਧਰ ਨੇ ਵਧੀਆ ਟਾਈਮ ਸੀਮਤ ਹੈ ਆਪਾਂ ਨੇ ਜਿਹੜਾ 15 ਸਾਲ ਦਾ ਪ੍ਰੋਗਰਾਮ ਕਿਹਾ ਉੱਥੇ ਜਾਂਦਾ ਹੈ ਮੈਂ 2 ਨਾਰੇ ਲਾ ਕੱਕੜਵਾਲ ਚੌਂਕ ਨੂੰ ਜਾਣ ਦਾ ਕਾਫਲਾ ਤਿਆਰ ਆ ਚੋ ਚੱਲੀ ਕੱਕੜਾ ਚੌਂਕ ਧਿਆਨ ਰੱਖਣ ਦੀ ਲੋੜ ਹੈ ਹੁਣ ਤੁਸੀਂ ਪੰਜਾਬ ਸਰਕਾਰ ਦਾ ਬਾਈ ਜਿੱਥੇ ਜਿਹੜੇ ਅੱਗੇ ਤੁਰੇ ਜਾਂਦੇ ਵੀਰੇ ਰੋਕ ਜਾਓ ਮਾੜਾ ਜਿਹਾ ਗੱਡੀ ਦਾ ਪਿੱਛੇ ਆਪਾਂ ਕਾਫਲਾ ਬਣਾਉਣਾ ਆ ਗੱਡੀ ਦੇ ਪਿਛਲੇ ਪਾਸੇ ਆ ਜਾਓ ਸਾਰੇ ਵੀਰੋ ਤਿਆਰੀ ਚੱਲ ਰਹੀ ਹੈ ਵੀ ਕੱਕੜਾਲ ਚੌਂਕ ਇਕੱਠੇ ਹੋ ਰਹੇ ਨੇ ਸਾਰੇ ਉੱਥੇ ਪੁਤਲਾ ਫੂਕਣਾ ਅੰਦਰ ਸਾਰੇ ਇਕੱਠੇ ਹੋ ਰਹੇ ਨੇ ਇੱਧਰ ਸੀਐਮ ਆਫਿਸ ਆ ਜਿਹਦਾ ਧਰਨਾ ਲੱਗਿਆ ਜੀ ਆਪਣਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
لكن روكن لكي بس لكن روكن لكي ਜਾਣਕਾਰੀ ਦੇ ਰਿਹਾ ਵੀ ਅਸੀਂ ਕਿਸ ਮਕਸਦ ਤੋਂ ਨਾਲ ਇੱਥੇ ਆਏ ਆ
ਇਹ ਸਾਡਾ ਮਕਸਦ ਸੀ ਇਲਾਕੇ ਵਾਸਤੇ ਨਹਿਰੀ ਪਾਣੀ ਪ੍ਰਾਪਤ ਸਵਾ ਸਾਲ ਤੋਂ ਇਹਦਾ ਪਿੱਤ ਸਿਆਪਾ ਕਰ ਰਿਹਾ ਉਹਨਾਂ ਨਾਲ ਮੀਟਿੰਗ ਹੋਈ ਚੰਡੀਗੜ੍ਹ ਸਾਨੂੰ ਬੁਲਾਇਆ ਸੀ ਮੀਟਿੰਗ 'ਚ ਇਹਨਾਂ ਨੇ ਗੋਲ ਮੋੜ ਗੱਲਾਂ ਕਰਕੇ ਕਹਿੰਦੇ ਕਹਿੰਦੇ ਹੁੰਦੇ ਆ ਵੀ ਝੂਠੇ ਗਲਾਸੇ ਦੇਣੇ ਸ਼ੁਰੂ ਕੀਤੇ ਤਾਂ ਅਸੀਂ ਜਿੰਦਾਬਾਦ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ